ਉਧਰ 595 ਪ੍ਰਕਾਸ਼ ਪੁਰਬ ਨੂੰ ਲੈ ਕੇ ਤਾਲਮੇਲ ਕਮੇਟੀ ਦੀ ਬੈਠਕ ਹੋਈ। ਬੈਠਕ ਦੇ ਵਿੱਚ ਪ੍ਰਕਾਸ਼ ਪੁਰਬ ਨੂੰ ਲੈ ਕੇ ਚਰਚਾਵਾਂ ਹੋਈਆਂ ਨੇ। ਬੈਠਕ ਦੇ ਵਿੱਚ SGPC ਪ੍ਰਧਾਨ ਲੌਂਗੋਵਾਲ ਤੇ ਕੈਬਨਿਟ ਮੰਤਰੀ ਚੰਨੀ ਮੌਜੂਦ ਰਹੇ। ਉਮੀਦ ਹੈ ਸਾਂਝੇ ਤੌਰ ਤੇ ਇਹ ਪ੍ਰਕਾਸ਼ ਪੁਰਬ ਮਨਾਵਾਂਗੇ। ਚਰਨਜੀਤ ਚੰਨੀ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ, ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਹੈ। ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦਾ ਨੁਮਾਇੰਦਾ, ਹਾਲਾਂਕਿ ਉਮੀਦ ਨਹੀਂ ਸੀ ਕਿ ਨੁਮਾਇੰਦਾ ਕੋਈ ਭੇਜਿਆ ਜਾਏਗਾ, ਪਰ ਚਰਨਜੀਤ ਚੰਨੀ ਨੂੰ ਨੁਮਾਇੰਦੇ ਵਜੋਂ ਭੇਜਿਆ ਗਿਆ, ਜਿਸ ਤੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਧੰਨਵਾਦ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਮੇਰੇ ਨਾਲ ਨੇ। ਪ੍ਰਧਾਨ ਜੀ, ਅੱਜ ਮੀਟਿੰਗ ਜਿਹੜੀ ਹੈ, ਪਹਿਲਾਂ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ, ਅੱਜ ਦੀ ਮੀਟਿੰਗ ਨੂੰ ਤੁਸੀਂ ਕਿੰਨਾ ਕੁ ਸਫਲ ਮੰਨਦੇ ਹੋ? ਮੈਂ ਸਮਝਦਾ ਕਿ ਸਾਡੀ ਬਹੁਤ ਹੀ ਸਫਲ ਮੀਟਿੰਗ ਹੋਈ ਹੈ ਅੱਜ, ਕਿ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੁੱਖ ਰੱਖਦੇ ਹੋਇਆਂ ਤਕਰੀਬਨ ਸਾਡੀ ਇਹ ਚੌਥੀ ਮੀਟਿੰਗ ਹੋ ਰਹੀ ਹੈ। ਪਹਿਲਾਂ 2 ਮੀਟਿੰਗਾਂ ਦੇ ਵਿੱਚ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਪਹੁੰਚਿਆ, ਅਤੇ ਪਿਛਲੀ 17 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਆਏ ਸੀ। ਤੋਂ ਅੱਜ ਵੀ ਜਿਹੜਾ ਸਰਕਾਰ ਦਾ ਨੁਮਾਇੰਦਾ ਚਰਨਜੀਤ ਸਿੰਘ ਜੀ ਚੰਨੀ, ਜਿਹੜੇ ਕੈਬਨਿਟ ਮੰਤਰੀ ਨੇ, ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਨੇ, ਔਰ ਬਹੁਤ ਵਧੀਆ ਮੀਟਿੰਗ ਹੋਈ। ਸਾਰਿਆਂ ਦੀ ਇੱਕੋ ਹੀ ਸਾਰੀ ਸੋਚ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਦਾ ਇਹ ਜੋ 550 ਸਾਲਾ ਆ ਰਿਹਾ, ਅਸੀਂ ਇਕੱਠੇ ਹੋ ਕੇ ਸਾਰੇ ਮਨਾਈਏ, ਇੱਕੋ ਸਟੇਜ 'ਤੇ ਮਨਾਈਏ, ਇੱਕੋ ਹੀ ਸਾਰਿਆਂ ਦਾ ਵਿਚਾਰਾਂ ਸੀਆਂ। ਗੁਰੂ ਮਹਾਰਾਜ ਕਿਰਪਾ ਕਰਨਗੇ ਗੁਰੂ ਨਾਨਕ ਦੇਵ ਸਾਹਿਬ ਕਿ ਅਸੀਂ ਇਸ ਸਾਡੀ ਜਿਹੜੀ ਸੋਚ ਹੈ, ਸਾਰੀ ਸਿੰਘ ਸੰਗਤਾਂ ਦੀਆਂ ਇੱਛਾਵਾਂ ਮੁਤਾਬਕ, ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਦੇਸ਼ ਹੈ, ਉਹਦੇ ਮੁਤਾਬਕ ਅਸੀਂ ਸਾਰੇ ਇੱਕੋ ਹੀ ਸਟੇਜ 'ਤੇ ਇਕੱਠੇ ਹੋ ਕੇ ਮਨਾਉਣ ਦਾ ਜਸ ਗੁਰਮਾਨ ਕਿਰਪਾ ਕਰਨੀ ਸਾਡੀ। ਪ੍ਰਧਾਨ ਜੀ, ਜਦੋਂ ਸੁਖਜਿੰਦਰ ਸਿੰਘ ਰੰਧਾਵਾ ਇੱਥੇ ਪਹੁੰਚੇ ਸੀ, ਉਦੋਂ ਵੀ ਤੁਸੀਂ ਇਹ ਕਿਹਾ ਸੀ ਕਿ ਮੀਟਿੰਗ ਬਹੁਤ ਸਫਲ ਆ, ਸੁਹਿਰਦਤਾ ਨਾਲ ਜਿਹੜੀ ਮੀਟਿੰਗ ਕੀਤੀ ਗਈ ਹੈ, ਪਰ ਉਸ ਤੋਂ ਬਾਅਦ ਸਿਲਸਿਲਾ ਜਾਰੀ ਰਿਹਾ ਵੱਖਰੇ ਵੱਖਰੇ ਇਨਵੀਟੇਸ਼ਨਸ ਦੇਣ ਦਾ, ਔਰ ਇੱਥੋਂ ਤੱਕ ਕਿ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼ਿਕਾਇਤ ਵੀ ਕੀਤੀ ਗਈ। ਤੁਹਾਨੂੰ ਲੱਗਦਾ ਕਿ ਉਹ ਸਿਲਸਿਲਾ ਬੰਦ ਹੋ ਜਾਏਗਾ? ਬਿਲਕੁਲ, ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਕੋਈ ਐਸੀ ਗੱਲ ਨਹੀਂ ਆਈ ਵੀ ਅਸੀਂ ਵੱਖਰਾ ਬਣਾਉਣਾ, ਨਾ ਉਹਨਾਂ ਅਜੇ ਤੱਕ ਕੋਈ ਗੱਲ ਕੀਤੀ ਹੈ। ਇਹ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹਿਣੀਆਂ ਨੇ, ਲੇ ਮੈਨੂੰ ਪੂਰਨ ਆਸ ਹੈ ਕਿ ਅਸੀਂ ਸਾਰੇ ਇੱਕੋ ਸਟੇਜ 'ਤੇ, ਪੰਜਾਬ ਸਰਕਾਰ ਵੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕੋ ਸਟੇਜ 'ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਕਿ ਅਸੀਂ ਮਨਾਵਾਂਗੇ। ਤੁਹਾਡੇ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਸੀ ਉਹਦੇ ਵਿੱਚ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੱਦਿਆ ਸੀ ਕਿ ਹੋ ਸਕੇ ਤਾਂ ਉਹ ਆਉਣ, ਕਿਉਂਕਿ ਸੁਖਜਿੰਦਰ ਰੰਧਾਵਾ ਇੱਥੋਂ ਜਾਂਦੇ ਸਨ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਨੂੰ ਦੇਣੀ, ਅੱਗੋਂ ਕੁਛ ਨਹੀਂ ਸੀ ਹੁੰਦਾ, ਹੁਣ ਇਹ ਵੀ ਜਾ ਕੇ ਰਿਪੋਰਟ ਦੇਣਗੇ। ਤੁਹਾਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਆਉਣਾ ਚਾਹੀਦਾ ਸੀ ਮੀਟਿੰਗ 'ਚ? ਨਹੀਂ, ਦੇਖੋ ਉਹਨਾਂ ਦਾ ਨੁਮਾਇੰਦਾ ਆਇਆ, ਜਦੋਂ ਕੋਈ ਇਹਨਾਂ ਨੇ ਫੈਸਲਾ ਲੈਣਾ, ਫਾਈਨਲ ਫੈਸਲਾ ਉਹਨੂੰ ਆਪ ਲੈਣਗੇ, ਲੇਕਿਨ ਅੱਜ ਉਹਨਾਂ ਨੁਮਾਇੰਦਾ ਆਇਆ। ਮੈਨੂੰ ਲੱਗਦਾ ਕਿ ਉਹ ਸਾਰੀ ਉਹਨਾਂ ਦੀ ਸੋਚ ਜਿਹੜੀ ਸੀ ਬੜੀਆ ਵਧੀਆ ਸੋਚ ਸੀ, ਪੋਜ਼ਿਟਿਵ ਸੋਚ ਸੀ। ਤੁਹਾਨੂੰ ਲੱਗਦਾ ਕਿ ਅੱਗੇ ਮੀਟਿੰਗਾਂ ਦਾ ਸਿਲਸਿਲਾ ਜੇ ਜਾਰੀ ਰਹੇਗਾ ਜਾਂ ਅੱਜ ਜਿਹੜਾ ਸਾਰਾ ਜਿਹੜਾ ਨੇਪਰੇ ਚੜ੍ਹ ਜਾਏਗਾ ਸਾਰਾ ਕੁਝ, ਤਾਲਮੇਲ ਹੋ ਜਾਏਗਾ? ਦੇਖੋ, ਜੇ ਹੋਰ ਲੋੜ ਪਈ ਤਾਂ ਹੋਰ ਵੀ ਮੀਟਿੰਗ ਹੋ ਸਕਦੀ ਹੈ, ਕਿਉਂਕਿ ਸਾਰਾ ਸਾਡਾ ਯਤਨ ਜਿਹੜਾ ਅਖੀਰ ਤੱਕ ਅਸੀਂ ਯਤਨ ਜਿਹੜਾ ਸਾਡਾ ਹਮੇਸ਼ਾ ਰਹੇਗਾ ਕਿ ਇਕੱਠੇ ਹੋ ਕੇ ਮਨਾਈਏ, ਇੱਕੋ ਸਟੇਜ 'ਤੇ ਮਨਾਈਏ। ਬਿਲਕੁਲ ਜੀ, ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਿਨ੍ਹਾਂ ਨੇ ਪਹਿਲਾਂ ਵੀ ਉਮੀਦ ਜ਼ਾਹਿਰ ਕੀਤੀ ਸੀ ਕਿ ਸਭ ਕੁਝ ਠੀਕ ਹੋਏਗਾ ਔਰ ਇੱਕ ਮੰਚ 'ਤੇ ਸਾਰੇ ਜਸ਼ਨ ਮਨਾਏ ਜਾਣਗੇ, ਪਰ ਇੱਕ ਵਾਰ ਫਿਰ ਉਮੀਦ ਜਿਹੜੀ ਉਹਨਾਂ ਨੂੰ ਹੈ ਕਿ ਸਾਰੇ ਜਸ਼ਨ ਜਿਹੜੇ ਇੱਕ ਮੰਚ 'ਤੇ ਮਨਾਏ ਜਾਣਗੇ, ਔਰ ਜੋ ਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ਸਾਂਝੀਵਾਲਤਾ ਦਾ, ਉਸ ਦੇ ਮੁਤਾਬਕ ਹੀ ਸਾਰੇ ਜਿਹੜੇ ਸਮਾਗਮ ਹੈ ਉਹ ਮਨਾਏ ਜਾਣਗੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਇਹੀ ਉਮੀਦ ਜ਼ਾਹਿਰ ਕੀਤੀ ਸੀ, ਔਰ ਹੁਣ ਗੇਂਦ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ਦੇ ਵਿੱਚ ਹੈ ਕਿ ਉਹਨਾਂ ਦਾ ਕੀ ਜਵਾਬ ਆਉਂਦਾ ਹੈ, ਅਤੇ ਉਸ ਤੋਂ ਬਾਅਦ ਸਪਸ਼ਟ ਹੋ ਪਾਏਗਾ ਕਿ ਵਾਕਿਆ ਹੀ ਇੱਕ ਮੰਚ 'ਤੇ ਸਾਰੇ ਇਕੱਠੇ ਹੋਣਗੇ ਜਾਂ ਨਹੀਂ। ਵੀਡੀਓ ਜਰਨਲਿਸਟ ਮਨਜਿੰਦਰ ਸਿੰਘ ਦੇ ਨਾਲ ਰਾਜੇਸ਼ ਗਿੱਲ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।